ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਸਾਰੇ ਵਧੀਆ ਹੀ ਹੋਵੋਗੇ। ਅਤੇ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ। ਨਾਲ ਮੇਰੇ ਤਰਨ ਵੀਰ, ਅਸੀਂ ਅੱਜ ਚੱਲੇ ਹਾਂ ਛੱਤਬੀੜ ਜ਼ੂ ਦੇ ਵਿੱਚ। ਛੱਤਬੀੜ ਜ਼ੂ ਇੱਕ ਬਹੁਤ ਹੀ ਵੱਡਾ ਪੰਜਾਬ ਦਾ ਚਿੜੀਆ ਘਰ ਹੈ, ਪੰਜਾਬ ਦਾ ਨਹੀਂ ਰਹਿਦਰ ਆਈ ਸੀ, ਆਪਣੇ ਪੂਰੇ ਦੇਸ਼ ਦੇ ਵਿੱਚ ਵੱਡੇ ਚਿੜੀਆ ਘਰਾਂ ਦੇ ਵਿੱਚੋਂ ਇਹਦਾ ਨਾਮ ਆਉਂਦਾ। ਕਾਫੀ ਵਧੀਆ ਮਨੋਰੰਜਨ ਵਾਲੀ ਥਾਂ ਆ, ਯੂਨੀਕ ਜੀ ਚੀਜ਼ ਆ। ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ, ਜਾਨਵਰਾਂ ਨੂੰ ਪਿਆਰ ਕਰਦੇ ਹੋ, ਤਾਂ ਤੁਹਾਨੂੰ ਇੱਥੇ ਬਹੁਤ ਕੁਛ ਵੇਖਣ ਨੂੰ ਮਿਲੂਗਾ। ਤਰ੍ਹਾਂ ਤਰ੍ਹਾਂ ਦੇ ਇੱਥੇ ਜੀਵ ਜਾਨਵਰ ਨੇ। ਮਿਲਦੇ ਹਾਂ ਦੋਸਤੋ, ਫਿਰ ਡਰਾਈਵ ਕਰ ਲਈਏ। ਹਲੇ ਦੱਸਣਾ ਕੀ ਹਾਲ ਹੈ? ਅਤੇ ਦੋਸਤੋ, ਅਸੀਂ ਇਸ ਵਕਤ ਪਹੁੰਚ ਗਏ ਹਾਂ ਬਰਗਰ ਕਿੰਗ ਰਾਜਪੁਰਾ, ਅਤੇ ਅਸੀਂ ਖਾ ਲਈਏ ਬਰਗਰ, ਅਤੇ ਅਗਲੇ ਕਲਿੱਕ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਛੱਤਬੀੜ ਜ਼ੂ। ਨੈਚੁਰਲ ਟਾਈਪ ਪਾਰਕ ਜਿਹਨੇ ਦੇਖਣਾ ਉਹ ਇੱਥੇ ਹੈ, ਹੈ ਨਾ ਜੀ? ਕੁਦਰਤ, ਬਸ ਕੁਦਰਤ ਨੂੰ ਜਿਹੜਾ ਬੰਦਾ ਪਿਆਰ ਕਰਦਾ ਨਾ, ਉਹ ਇੱਕ ਵਾਰ ਇੱਥੇ ਆ ਜਾਵੇ, ਮਤਲਬ ਲਾਜਵਾਬ ਹੈ। ਗੱਲਬਾਤ ਹੈ। ਆਪਾਂ ਹੁਣ ਕਿੱਥੇ ਆ ਗਏ ਹਾਂ? ਦਰਿਆਈ ਘੋੜੇ ਦੇ ਨੇੜੇ ਹੀ ਆ ਗਏ ਲੱਗਦਾ। ਦਰਿਆਈ ਘੋੜਾ ਦਿਖਦਾ ਤੈਨੂੰ? ਪਾਣੀ ਦੇ ਕਿੰਨਾ ਸਾਫ਼ ਹੈ, ਕਿਆ ਬਾਤ ਹੈ। ਪਰ ਦਰਿਆਈ ਘੋੜਾ ਨਹੀਂ ਆ ਬੈਠਾ ਹੈ, ਉਹ ਬੱਲੇ 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 ਬੱਲੇ। ਅਤੇ ਆਪਾਂ ਆ ਜਾ ਕੋਲ ਜਾ ਕੇ ਦੇਖੀਏ। ਓਹੋ, ਦੋ ਬੈਠੇ ਨੇ ਗੌਰਵ, ਓਹੋ ਦੋ ਬੈਠੇ ਨੇ। ਸਰੀਰ ਐਨ ਮਤਲਬ ਚਮਕਿਆ ਪਿਆ ਸੀ, ਤੇ ਉਥੋਂ ਸ਼ੋ ਹੋ ਰਿਹਾ ਸੀ ਕਿ ਇਹਨਾਂ ਦੀ ਰੱਖ ਰਖਾਵ ਨਾ, ਜੋ ਪ੍ਰਸ਼ਾਸਨ ਦੁਆਰਾ ਬਹੁਤ ਵਧੀਆ ਢੰਗ ਨਾਲ ਕਰੀ, ਕਿਉਂਕਿ ਪਾਣੀ ਬਿਲਕੁਲ ਪ੍ਰੋਪਰ ਸਾਫ਼ ਸੀਗਾ। ਹਾਂ, ਤੇ ਵੈਸੇ ਵੀ ਜਾਨਵਰ ਸੀਗਾ ਜਿਹੜਾ ਮਤਲਬ ਤੰਦਰੁਸਤ ਸੀਗਾ। ਹਾਂ, ਤੇ ਹੁਣ ਆਪਾਂ ਫੜਦੇ ਹਾਂ ਫੇਰ ਇੱਕ ਆਪਦੀ ਫੈਰੀ, ਤੇ ਅਗਲੇ ਫੈਰੀ ਹੁੰਦਾ। ਤੇ ਹੁਣ ਮੇਰਾ ਵੀਰ ਗਗਨ, ਇੱਕ ਮੇਰਾ ਚੈਲੇਂਜ ਗਗਨ ਨੇ ਅਸੈਪਟ ਕਰਿਆ। ਗਗਨ, ਉਹ ਸਾਹਮਣੇ ਰੱਸੇ ਨੇ, ਰੱਸਿਆਂ ਦੇ ਚੜੂਗਾ। ਚੱਲ ਵੀ ਚੜ, ਆ ਜਾ। ਚਲੋ ਫਿਰ, ਕਿੱਡੀ ਕੁ ਗੱਲ ਆ, ਰੱਸਾ ਹੀ ਆ ਰੱਸੇ ਦੇ, ਐਂ ਉਹ ਟੀਸੀ ਦੇ ਹੱਥ ਲੱਗ ਕੇ ਆਉਣਾ। ਟੀਸੀ ਵਾਲੇ ਦੇਰ ਅਸੀਂ ਲਾਉਣਾ ਜਾਣਦੇ, ਚੱਲ ਦੇਖਦੇ ਹਾਂ। ਚੱਲ ਹਾਂ, ਨਹੀਂ ਚੜਿਆ, ਦੇਖ ਤਾਂ ਸਹੀ, ਮੰਨੀ ਦੀ ਆ, ਨਹੀਂ ਚੜਿਆ ਜਾਣਾ ਧੱਕਾ ਵੀ। ਤੂੰ ਚੜੀ ਜਾ, ਆਇਆ ਥੱਲੇ ਦੇਖੀ ਰਹੇ, ਦੇਖੀ ਚੈਲੇਂਜ ਵੀਰੇ ਪੂਰਾ ਕਰਤਾ। ਹੋਰ ਦੱਸ, ਪੂਰਾ ਨੀ ਭਾਈ, ਅੱਧਾ ਕਰਿਆ। ਚੜ ਗਿਆ,
ਤੇ ਹੁਣ ਮੈਂ ਤੇ ਗਗਨ ਨਾ ਬਿਲਕੁਲ ਇੱਕ ਵੀਰਾਨ ਜੀ ਥਾਂ ਤੇ ਆ ਗਏ ਆ ਜਿੱਥੇ ਨਾ ਬਹੁਤਾ ਕਿਸੇ ਨੂੰ ਪਤਾ ਨਹੀਂ ਹੈਗਾ। ਇੱਥੇ ਇੱਕ ਵਿਲੱਖਣ ਤਰ੍ਹਾਂ ਦੇ ਨਾ ਜੀਵ ਨੇ, ਇਹਨਾਂ ਨੂੰ ਕਹਿੰਦੇ ਜਲ ਕੁੱਤੇ। ਤੁਸੀਂ ਹਾਂ ਤੂੰ ਵੀ ਪਹਿਲੀ ਵਾਰ ਸੁਣਿਆ ਨਾ? ਹਾਂ, ਤੈਨੂੰ ਮੈਂ ਹੁਣ ਦਿਖਾਉਣਾ ਤੇ ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣਾ। ਇਹ ਨਾ ਥੋੜ੍ਹਾ ਜਿਹਾ ਹਟ ਕੇ ਜੇ, ਬਹੁਤੇ ਲੋਕ ਇੱਥੇ ਆਉਂਦੇ ਨਹੀਂ ਇਸ ਪਾਸੇ, ਮੈਨੂੰ ਪਤਾ ਸੀ ਕਿਉਂਕਿ ਮੈਂ 2-3 ਵਾਰ ਇੱਥੇ ਪਹਿਲਾਂ ਆ ਚੁੱਕਿਆ ਵਾਂ। ਅਤੇ ਆਪਾਂ ਤੁਹਾਨੂੰ ਹੁਣ ਜਲ ਕੁੱਤਿਆਂ ਬਾਰੇ ਦਿਖਾਉਂਦੇ ਹਾਂ ਅਤੇ ਗਗਨ ਨੂੰ ਵੀ ਦਿਖਾਉਂਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਗਗਨ ਨੂੰ ਤਾਂ ਦਿਖਾਉਂਗੀ। ਜਾਗਦਾ ਨਹੀਂ ਹੈ। ਅਤੇ ਵੀਰੋ, ਛੱਤਬੀੜ ਜ਼ੂ ਦੇ ਇੱਕ ਟ੍ਰੀ ਹਾਊਸ ਜਿਹਾ ਬਣਿਆ ਹੋਇਆ, ਅਸੀਂ ਉਸ ਵਕਤ ਉੱਥੇ ਖੜ੍ਹੇ ਹਾਂ ਅਤੇ ਸਾਡੇ ਨਾਲ ਇੱਕ ਸਕੂਲ ਹੈ। ਇਹ ਸਭ ਤੋਂ ਵੱਧ ਸ਼ਰਾਰਤੀ ਮੁੰਡਾ ਮੈਨੂੰ ਸਕੂਲ ਦੇ ਵਿੱਚ ਇਹੀ ਲੱਗਿਆ। ਕੀ ਨਾਮ ਹੈ ਮਿੱਤਰਾ ਤੇਰਾ? ਕੁਲਵਿੰਦਰ ਸਿੰਘ। ਕਿੱਥੋਂ ਆਇਆ? ਸਹਿਜੋਵਾਲ। ਸਹਿਜੋਵਾਲ, ਪਿੰਡ ਸਹਿਜੋਵਾਲ, ਜ਼ਿਲ੍ਹਾ ਰੂਪਨਗਰ। ਰੂਪਨਗਰ ਨਾਲ ਸਾਡਾ ਖਾਸ ਰਿਸ਼ਤਾ। ਹੋਰ ਕਿੱਦਾਂ ਲੱਗ ਰਿਹਾ ਛੱਤਬੀੜ? ਠੀਕ ਠਾਕ ਹੈ। ਪਹਿਲੀ ਵਾਰ ਆਇਆ? ਦੇਖੋ ਕਿੰਨਾ ਖੂਬਸੂਰਤ ਬਚਪਨ ਆ, ਆਪਦੇ ਮਸਤੀ ਦੇ ਵਿੱਚ ਪੂਰਾ ਆਨੰਦ ਲੈ ਰਹੇ ਨੇ। ਇੱਕ ਅਸੀਂ ਆ ਥੱਕੇ ਹਾਰੇ, ਟੁੱਟ ਗਏ ਆ ਸਾਡਾ, ਅਤੇ ਆਪਾਂ ਆਪਣਾ ਸਫ਼ਰ ਅੱਗੇ ਵਧਾਉਂਦੇ ਹਾਂ ਅਤੇ ਤੁਹਾਡੇ ਨਾਲ ਰਸਤੇ ਦੇ ਵਿੱਚ ਗੱਲਬਾਤ ਕਰਦੇ ਜਾਂਦੇ ਹਾਂ। ਅਤੇ ਟ੍ਰੀ ਹਾਊਸ ਦੇ ਵਿੱਚ ਪੂਰਾ ਆਨੰਦ ਆਇਆ, ਕਿਉਂ ਆਨੰਦ ਆਇਆ ਨਾ? ਆਨੰਦ। ਅਤੇ ਗਗਨ ਕਿੱਦਾਂ ਲੱਗਿਆ ਹੁਣ ਤੱਕ? ਆਪਾਂ ਆਲਮੋਸਟ ਅੱਧ 'ਚ ਪਹੁੰਚ ਗਏ, ਕਿੱਦਾਂ ਲੱਗਿਆ ਫਿਰ? ਛੱਤ ਕਿੰਨੇ? 14 ਸਟੋਪ ਨੇ ਨਾ? 13 13 ਨੇ। ਕਿੰਨੇਵੇਂ ਦੇ? 5ਵੇਂ ਦੇ। ਖਾਸਾ ਕੁਛ ਦੇਖ ਲਿਆ, ਬਹੁਤ ਵਧੀਆ। ਅਤੇ ਸਭ ਤੋਂ ਮੇਨ ਚੀਜ਼ ਹੁਣ ਤੈਨੂੰ ਦਿਖਾਉਂਦੀ ਹਾਂ ਕਿ ਅਗਲਾ ਦੇਖ। ਹੁਣ ਤੂੰ, ਸਭ ਤੋਂ ਮੇਨ ਚੀਜ਼ ਇਹ ਹੈ ਇੱਥੋਂ ਦੀ ਮੁੱਖ ਆਕਰਸ਼ਣ, ਮਤਲਬ ਸ਼ੇਰਾਂ ਤੋਂ ਬਾਅਦ ਸਭ ਤੋਂ ਵਿਲੱਖਣ ਅਤੇ ਸਭ ਤੋਂ ਵਧੀਆ ਅਤੇ ਸਭ ਤੋਂ ਵੱਧ ਇੰਜੋਏਬਲ ਥਾਂ ਇਹ ਹੈ ਜਿੱਥੇ ਹੁਣ ਆਪਾਂ ਚੱਲੇ ਹਾਂ। ਚੱਲ ਫਿਰ ਹੋ ਮੂਹਰੇ ਆ ਗਏ। ਜੰਨਤ, ਬਿਲਕੁਲ ਜੰਨਤ। ਕਿੱਦਾਂ ਲੱਗ ਰਿਹਾ? ਬਹੁਤ ਹੀ ਜ਼ਿਆਦਾ ਵਧੀਆ, ਐਂ ਲੱਗਦਾ ਮਤਲਬ। ਪੜਾਉਣਾ ਦੇ ਸਾਡੀ ਵਾਰੀ, ਪੈਰ ਆ ਜਾ, ਪੈਰ ਆ ਜਾ, ਮਿਸਟੂ ਜੀ 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 ਕਰਾ ਪੈਰ ਜੀ 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 ਜੀ, ਬਾਏ ਕਰ ਦੋ, ਬਾਏ। ਤੁਸੀਂ ਉੱਥੇ ਬੈਠਾ ਨਾ। ਕਰੋ ਕਾਊਂਟਿੰਗ ਆ ਗਏ 11। ਅਤੇ ਬਾਕੀ ਜੋ ਇਹ ਜ਼ੂ ਹੈ, ਚਿੜੀਆ ਘਰ ਹੈ, ਲਾਜਵਾਬ ਹੈ, ਕੋਈ ਸ਼ਬਦ ਹੀ ਹੈ ਨਹੀਂ, ਮੈਂ ਸ਼ਬਦਾਂ ਰਾਹੀਂ ਇਸ ਨੂੰ ਬਿਆਨ ਨਹੀਂ ਕਰ ਸਕਦਾ।
ਕੁਦਰਤ ਬਹੁਤ ਜ਼ਿਆਦਾ ਇੱਥੇ ਮਤਲਬ ਨੇੜੇ ਆ, ਬਨਸਪਤੀ ਜੀਵ ਜੰਤੂ ਵੱਖ ਵੱਖ ਕਿਸਮ ਦੇ ਇੱਥੇ ਤੁਸੀਂ ਦੇਖ ਸਕਦੇ ਹੋ, ਮਤਲਬ ਬਹੁਤ ਮਤਲਬ ਆਉਣੇ ਵਾਲਾ ਜਗ੍ਹਾ ਹੈ। ਹਾਂ, ਪਰਿਵਾਰ ਨਾਲ ਤੁਸੀਂ ਆਓ, ਪਰਿਵਾਰ ਨਾਲ ਆਓ, ਤੁਸੀਂ ਪੂਰਾ ਦਿਨ ਇੱਥੇ ਤੜਕੇ ਆ ਜਾਓ, ਮਤਲਬ 9:30 ਦੇ ਕਰੀਬ ਆ ਜਾਓ, ਤੁਸੀਂ ਗਰੰਟੀ ਦਿੰਦਾ ਤੁਸੀਂ ਇੱਥੇ ਬਹੁਤ ਇੰਜੋਏ ਕਰਕੇ ਜਾਓਗੇ, ਬੱਚਿਆਂ ਨਾਲ ਪਰਿਵਾਰ ਨਾਲ ਆਓ, ਮਤਲਬ ਬਹੁਤ ਵਧੀਆ ਜੀ। ਇੱਕ ਤਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਕਹੀਏ ਬਹੁਤ ਵਧੀਆ ਸੀਗੀ, ਬਾਕੀ ਦੇਖਣ ਨੂੰ ਵੀ ਬਾਕੀ ਅੱਧੇ ਕੁ ਤਾਂ ਸੁਸਤ ਜਿਹੇ ਸੀਗੇ। ਸੁਸਤ ਯਾਰ, ਮੌਸਮ ਸਰਦੀਆਂ ਦਾ, ਧੁੱਪ ਧੱਪ ਸੇਕ ਕੇ ਨਾ ਸੌਂ ਜਾਂਦੇ, ਭਾਲੂ ਹੋ ਗਿਆ, ਠੀਕ ਹੈ। ਹੋਰ ਆਪਾਂ ਦੇ ਬੱਤਖਾਂ ਆਹ ਵਾਲਾ ਸੀਨ ਘੈਂਟ ਦੀਆ, ਜਿਹੜਾ ਬਰਡ ਸੈਂਚੁਰੀ, ਬਰਡ ਸੈਂਚੁਰੀ ਬਣਾਈ ਹੋਈ ਹੈ, ਇੱਕ ਬਹੁਤ ਹੀ ਜ਼ਿਆਦਾ ਅਲਟੀਮੇਟ ਚੀਜ਼ ਹੈ ਉਰੇ ਦੀ ਜਿਹੜੀ ਲੱਗੀ ਹੁਣ ਤੱਕ। ਹਾਂ, ਕਿਉਂਕਿ ਬਾਕੀ ਹੁੰਦਾ ਕਿ ਚੀਜ਼ ਪਿੰਜਰੇ ਦੇ ਵਿੱਚ ਹੁੰਦੀ ਹੈ, ਬੰਦੇ ਬਾਹਰ ਹੁੰਦੇ ਨੇ, ਇਹ ਪਿੰਜਰੇ ਦੇ ਵਿੱਚ ਆਪਾਂ, ਜਾਨਵਰ ਵੀ ਆਪਣੇ ਨਾਲ ਹੀ, ਮਤਲਬ ਬਿਲਕੁਲ ਬਹੁਤ ਨੇੜੇ ਹੋ ਜਾਂਦੇ ਨੇ। ਤੁਸੀਂ ਥੋੜੀ ਦੇਰ ਪਹਿਲਾਂ ਵੀਡੀਓ ਦੇ ਵਿੱਚ ਤੋਤਾ ਦੇਖਿਆ ਹੀ ਹੈ ਨਾ, ਕਿੰਨਾ ਨੇੜੇ ਆ ਗਿਆ ਸੀ ਸਾਡੇ, ਬਾਕੀ ਵੀ ਆਪਾਂ ਗੱਲਬਾਤ ਬਾਅਦ ਕਰ ਰਹੇ ਹਾਂ। ਗੱਡੀ ਆ ਗਈ, ਗੱਡੀ ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊਗੀ। ਆਵਾਜ਼ੀਆਂ ਪੂਰੀਆਂ ਆ ਰਹੀਆਂ, ਤਰੁਣ ਵੀਰਾ ਬਹੁਤ ਹੀ ਜ਼ਿਆਦਾ ਥੱਕ ਚੁੱਕਿਆ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ। ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਿਲਦੇ ਹਾਂ ਕਿਸੀ ਅਗਲੀ ਵੀਡੀਓ 'ਚ।